ਸਰਦਾਰ ਗੁਰਦੀਪ ਸਿੰਘ ਜੀ ਨੇ ਬਹੁਤ ਮੋਹਰੇ ਹੋ ਕੇ ਇਲਾਕੇ ਦੀ ਸੇਵਾ ਕੀਤੀ। ਇਹ ਵੀ
ਕਿਤੇ ਕਿਤੇ ਕਿਸੇ ਨੂੰ ਨਸੀਬ ਹੁੰਦਾ ਹੈ, ਭਾਗਾਂ ਦਾ ਹੀ ਇਹ ਸੇਵਾ ਮਿਲਦੀ ਹੈ। ਸੋ ਅਗਰ ਇਹ ਪਰਿਵਾਰ ਦਾ ਪਿਛੋਕੜ ਦੇਖਿਆ ਜਾਵੇ ਤਾਂ ਬੜਾ ਹੀ ਸੇਵਾ ਭਾਵਨਾ ਵਾਲਾ ਹੈ ਤੇ ਮਿਲੇ ਆਪਾਂ ਨੂੰ ਆਪਣੇ ਮਾਤਾ ਪਿਤਾ ਤੋਂ ਆਪਣੇ। ਅੱਜ ਆਪਾਂ ਮਾਤਾ ਹਰਜਿੰਦਰ ਕੌਰ ਜੀ ਦੇ ਅੰਤਮ ਅਰਦਾਸ 'ਚ ਇਕੱਠੇ ਹੋਏ ਰਿਸ਼ਤੇਦਾਰ, ਭਾਈਚਾਰਾ, ਨਗਰ ਨਿਵਾਸੀ, ਹੁਣੇ ਬੁਲਾਰਿਆਂ ਨੇ ਬਹੁਤ ਚੰਗੇ ਤਰੀਕੇ ਨਾਲ ਬਜ਼ੁਰਗਾਂ ਦਾ, ਮਾਤਾਵਾਂ ਦਾ, ਮਾਂ ਬਾਪ ਦਾ ਜ਼ਿੰਦਗੀ 'ਚ ਰੋਲ ਕੀ ਹੁੰਦਾ ਉਹਦੇ ਉੱਤੇ ਚਾਨਣਾ। ਮੈਂ ਵੇਖ ਰਿਹਾ ਕਿ ਸਮਾਜ ਦੇ ਹਰ ਸੈਕਸ਼ਨ 'ਚੋਂ ਅੱਜ ਲੋਕ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆ। ਪਰਿਵਾਰ ਵੱਡੇ ਪੂਰੇ ਪੂਰੇ ਕਾ
तीन चत है माटी को गुतिरा जीव जीव तेरा
Thank you.
Thank you.
Thank you.
ਜਿਹੜੀ ਕੜੀ ਸੀ ਜਿਹਨੇ ਇਹਨਾਂ ਨੂੰ ਜੋੜ ਕੇ ਰੱਖਿਆ ਸੀ ਸਾਰਿਆਂ ਨੂੰ ਪਰਿਵਾਰਕ ਤੌਰ 'ਤੇ ਵੀ, ਉਹਦਾ ਵੱਡਾ ਖਾਲ ਜਿਹੜਾ ਉਹ ਪੈਦਾ ਹੋ ਗਿਆ। ਜੇ ਮੈਂ ਇਸ ਪਰਿਵਾਰ ਦੀ ਗੱਲ ਕਰਾਂ ਤਾਂ ਸ਼ਾਇਦ ਆਪਾਂ ਜਿੰਨੇ ਵੀ ਇੱਥੇ ਰਿਸ਼ਤੇਦਾਰ ਦੋਸਤ ਮਿੱਤਰ ਸੱਜਣ ਇੱਥੇ ਪਹੁੰਚੇ ਅੱਜ ਰਾਜਨੀਤਿਕ ਸ਼ਖਸੀਅਤਾਂ ਆਈਆਂ ਨੇ, ਧਾਰਮਿਕ ਸ਼ਖਸੀਅਤਾਂ, ਸਮਾਜਿਕ ਸਾਰਾ ਹੀ ਭਾਈਚਾਰਾ ਇਕੱਤਰ ਹੋਇਆ ਸਾਰਿਆਂ ਦੇ ਨਾਲ। ਇਹ ਸਾਡੇ ਉਹਨਾਂ ਬਜ਼ੁਰਗਾਂ ਚੰਗੇ ਗੱਲਾਂ ਜੋ ਉਹਨਾਂ ਨੇ ਸਿੱਖੀਆਂ ਹੈਗੀਆਂ ਉਹਨਾਂ ਨੂੰ ਅੱਗੇ ਅਡੋਪਟ ਕੀਤਾ ਔਰ ਅੱਜ ਆਪਣਾ ਜਿਹੜਾ ਉਹ ਨਾਮ ਬਣਾਇਆ ਇਹਨਾਂ ਨੇ। ਇਹ ਸਾਰਾ ਬਦੌਲਤ ਹੈ ਉਸ ਮਾਂ ਦੇ ਜਿਹਨੇ ਘਰ ਨਾ ਕਰਦੀ, ਜਿਹਨੇ ਇਹਨਾਂ ਨੂੰ ਚੰਗੀ ਸਿੱਖਿਆ ਦਿੱਤੀ। ਬਹੁਤ ਸਾਰੀਆਂ ਸਰਕਾਰ ਜੋ ਸ਼ਖਸੀਅਤਾਂ ਜਿੱਥੇ ਪਹੁੰਚੀਆਂ ਹੁੰਦੀਆਂ ਜਿਹਨਾਂ ਦੇ ਵਿੱਚ ਸਾਡੇ ਬਹੁਤ ਹੀ ਸਰਕਾਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਚੀਫ ਪਾਰਲੀਮੈਂਟ ਸੈਕਟਰੀ, ਮੌਜੂਦਾ ਸਾਡੇ MLA ਆਦਮਪੁਰ ਤੋਂ ਪਾਰਟੀ ਦੇ ਮੁੱਖ ਬੁਲਾਰੇ ਸ਼੍ਰੀ ਪਵਨ ਕੁਮਾਰ ਜੀ ਗਿੱਲੋ ਜੀ, ਉਹ ਵੀ ਪਰਿਵਾਰ ਦੇ ਨਾਲ ਜੁੜ ਕੇ ਸਾਂਝ ਪਾਉਣ ਲਈ ਇੱਥੇ ਪਹੁੰਚੇ ਹਨ। ਸਾਡੇ ਬਹੁਤ ਹੀ ਸਰਕਾਰ ਜੋ MLA ਸਾਹਿਬ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਰਾਲਾ, ਉਹ ਵੀ ਪਹੁੰਚੇ ਹੋਏ ਨੇ। ਇਸ ਪਰਿਵਾਰ ਦੇ ਨਾਲ ਬਹੁਤ ਨੇੜਤਾ ਦੀ ਸਾਂਝ ਰੱਖਣ ਵਾਲੇ ਸਾਡੇ ਹਲਕਾ ਆਦਮਪੁਰ ਦੇ ਸਾਬਕਾ MLA ਸਰਦਾਰ ਸਰਬਜੀਤ ਸਿੰਘ ਜੀ ਮੱਕੜ, ਜਿਨ੍ਹਾਂ ਨੂੰ ਕਿ ਪਿਛਲੇ ਦਿਨੀ ਐਕਸੀਡੈਂਟ ਹੋ ਗਿਆ ਸੀ, ਜਿਨ੍ਹਾਂ ਦਾ ਉਹ ਪਹੁੰਚ ਨਹੀਂ ਸਕੇ। ਯੂਥ ਅਕਾਲੀ ਦਲ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਦੁਆਬਾ ਜੋਨ ਤੋਂ ਸਰਬਜੋਤ ਸਿੰਘ ਜੀ ਸਾਹੀ ਜੀ, ਉਹਨਾਂ ਦੇ ਨਾਲ ਸਰਦਾਰ ਗੁਰਵਿੰਦਰ ਸਿੰਘ ਜੀ ਕਿਸ਼ਨਪੁਰ ਯੂਥ ਜ਼ਿਲ੍ਹੇ ਦੇ ਪ੍ਰਧਾਨ ਜਲੰਧਰ ਦੇ, ਸਰਦਾਰ ਅੰਮ੍ਰਿਤਪਾਲ ਸਿੰਘ ਜੀ ਖਟਕੜਾ ਕੁਲਚਾਰਕਾ, ਸਰਲੋਚਨ ਸਿੰਘ ਜੀ ਪਿੰਡ ਬਟਾਲੇ ਤੋਂ, ਉਹ ਵੀ ਪਰਿਵਾਰ ਦੇ ਨਾਲ ਜੁੜਨ ਦੀ ਸਾਂਝ ਪਾਉਣ ਲਈ ਪਹੁੰਚੇ ਹੋਏ ਨੇ। ਸਰਦਾਰ ਰਵੀਰ ਸਿੰਘ ਜੀ ਬਿੱਟੂ ਪ੍ਰਧਾਨ ਟਾਕੀ ਹੋਏ ਭੋਗਪੁਰ, ਰਕੇਸ਼ ਨੰਦਾ ਜੀ ਗਾਨੋ ਉਸ ਤੋਂ ਭੋਗਪੁਰ ਤੋਂ, ਤਰਜੀਤ ਗੋਲਡੀ ਜੀ ਐਡਵੋਕੇਟ, ਜਗਰਾਜ ਜੰਗੀ ਜੀ ਨਕੋਦਰ ਤੋਂ ਪ੍ਰਧਾਨ ਜੀ ਅਕਾਲੀ ਦਲ, ਉਹ ਵੀ ਇੱਥੇ ਆਏ ਹੋਏ। ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਵੱਖ ਵੱਖ ਪਿੰਡਾਂ ਦੇ ਸਰਪੰਚ, ਮੈਂਬਰਦਾਰ ਸਾਹਿਬਾਨ, ਮੈਂਬਰ ਪੰਚਾਇਤ ਸਾਹਿਬਾਨ, ਸਾਰੇ ਹੀ ਇਸ ਨਗਰ ਵਿੱਚ ਸਾਡੀ ਪੰਚਾਇਤ ਪਿੰਡ ਲੰਘ ਦੇ ਸਾਰਿਆਂ ਦੇ ਖੇਤਰ ਦੇ ਵਿੱਚ ਸ਼ਾਮਲ ਹੈ। ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜੋ ਸਾਬੀ ਜੀ ਨੇ ਕਿ ਉਹ ਆ ਕੇ ਮਾਤਾ ਜੀ ਦੇ ਨਿਮਿਤ ਜੋ ਅੰਤਿਮ ਅਰਦਾਸ ਦੇ ਵਿੱਚ ਆਪਾਂ ਇਕੱਠੇ ਹੋਏ ਹਾਂ, ਉਹ ਸ਼ਰਧਾ ਦੇ ਫੁੱਲ ਭੇਟ ਕਰਨ ਸਾਹਿਬ ਜੋ ਸਾਬੀ ਜੀ ਦੁਆਬਾ ਜੀ ਮਸ਼ਹੂਰ ਅਕਾਲੀ ਦਲ ਸਾਹਿਬ ਦੀ ਹਾਜ਼ਰੀ 'ਚ ਬਹੁਤ ਹੀ ਸੋਗਮਈ ਸਮੇਂ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਆਪਣੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਮਾਤਾ ਹਰਜਿੰਦਰ ਕੌਰ ਜੀ ਦੇ ਅੰਤਮ ਅਰਦਾਸ ਜੁੜ ਕਰਦੇ ਹਾਂ। ਦਰਸ਼ਨ ਕਰਨ ਦਾ ਮੌਕਾ ਤਾਂ ਨਹੀਂ ਮਿਲਿਆ, ਪਰ ਅੱਜ ਦਾ ਇੱਥੇ ਦਾ ਇਕੱਠ ਵੇਖ ਕੇ ਉਹਨਾਂ ਦੇ, ਜਦੋਂ ਮੈਂ ਪਰਿਵਾਰ ਦੇ ਬਾਕੀ ਮੈਂਬਰਾਂ ਵੱਲ ਵੇਖਦਾ, ਉਹਨਾਂ ਦੇ ਬੇਟੇ ਸਰਦਾਰ ਸੁਖਬੀਰ ਸਿੰਘ ਜੀ ਬਾਹਰ ਇੱਕ ਕੈਨੇਡਾ ਰਹਿੰਦੇ ਨੇ, ਅਤੇ ਇਸ ਪਰਿਵਾਰ ਦੇ ਮੇਰੇ ਵੀਰ ਇਹਨਾਂ ਨੇ ਰਾਜਨੀਤੀ ਦੇ ਖੇਤਰ ਦੇ ਵਿੱਚ ਵੀ ਇਸ ਪਰਿਵਾਰ ਦਾ ਨਾਂ ਅੱਗੇ ਲਿਆਂਦਾ। ਸਰਦਾਰ ਗੁਰਦੀਪ ਸਿੰਘ ਜੀ ਲਾਭਲਾ ਸਾਹਿਬ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਜਦੋਂ ਇਹਨਾਂ ਸਾਰਿਆਂ ਵੱਲ ਮੈਂ ਝਾਤੀ ਮਾਰਦਾ, ਮੈਂ ਉਸ ਮਾਤਾ ਜੀ ਦੀ ਸ਼ਖਸੀਅਤ ਦਾ ਅੰਦਾਜ਼ਾ ਲਾ ਸਕਦਾ ਵੀ ਉਹ ਕਿਸ ਸ਼ਖਸੀਅਤ ਦੇ ਮਾਲਕ ਹੋਣਗੇ, ਕਿਉਂਕਿ ਮਾਤਾ ਦਾ ਬੱਚਿਆਂ ਦਾ ਸੇਧ ਦੇਣੀ ਇੱਕ ਬਹੁਤ ਵੱਡਾ ਰੋਲ ਹੁੰਦਾ ਜ਼ਿੰਦਗੀ। ਮਾਤਾ ਦੀ ਸ਼ਖਸੀਅਤ ਉਹਨਾਂ ਦੇ ਬੱਚਿਆਂ ਤੋਂ ਅੰਦਾਜ਼ਾ, ਮਾਂ ਪਿਓ ਦੀ ਸ਼ਖਸੀਅਤ ਦਾ ਅੰਦਾਜ਼ਾ ਅਸੀਂ ਲਾ ਸਕਦੇ ਕਿ ਉਹ ਸ਼ਖਸੀਅਤ ਦੇ ਮਾਲਕ ਬਣਗੇ। ਅੱਜ ਅਸੀਂ ਸਾਰੇ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲ ਬੈਠੇ ਹਾਂ, ਅਤੇ ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ, ਖਾਸ ਕਰਕੇ ਯੂਥ ਅਕਾਲੀ ਦਲ ਵੱਲੋਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ, ਅਤੇ ਇਹ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ
ਸਾਖ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ਣਾ। ਅਤੇ ਅਖੀਰ ਵਿੱਚ ਇਹ ਗੱਲ ਕਹਿੰਦਾ ਹੋਇਆ ਗੁਰਬਾਣੀ ਦੀਆਂ ਸਤਰਾਂ, ਜਿਹੜੇ ਜਦੋਂ ਅਸੀਂ ਆਇਆ ਰਾਗੀ ਜਥਾ ਵੀ ਸਰਵਣ ਕਰ ਰਿਹਾ ਸੀ, ਸੰਬਤ ਸਾਹ ਲਿਖਿਆ ਮਿਲਕਰ ਪਵੋ ਤੇਲ ਦੇਹੋ ਸਿਆਪਣ ਸਿਸਤਰੀਆਂ, ਜੋ ਹੋਵਾ ਸਾਹਿਬ ਸਿਉ ਮੇਲ, ਜੋ ਹੋਵਾ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਾਡੇ ਵਿਚਕਾਰ ਸਤਿਕਾਰਯੋਗ ਭੋਗਪੁਰ ਤੋਂ ਕੌਂਸਲਰ ਸਾਹਿਬਾਨ ਸਰਦਾਰ ਹਰਿੰਦਰਜੀਤ ਸਿੰਘ ਸਿੱਧੂ, ਸੁਖਜੀਤ ਸੈਣੀ ਜੀ, ਰਾਜਕੁਮਾਰ ਜੀ, ਸੁਖੀਜਾ ਜੀ, ਕੈਪਟਨ ਬੈਂਕ ਭੋਗਪੁਰ ਤੋਂ ਚਰਨਜੀਤ ਸਿੰਘ ਜੀ, ਸਾਡੇ ਵਿਚਕਾਰ ਪ੍ਰੈਸ ਦੇ ਵੱਖ ਵੱਖ ਨੁਮਾਇੰਦੇ ਰਾਣਾ ਭੂਪ੍ਰਿਆ ਜੀ, ਗੁਰਵਿੰਦਰ ਸਿੰਘ ਜੀ ਭੱਗੂ ਸਾਹਿਬ, ਸੁਖਬੀਰ ਸਿੰਘ ਕਲਮ ਜੀ ਸਪੋਕਸਮੈਨ ਤੋਂ, ਸਾਰੇ ਹੀ ਇਸ ਸਮੇਂ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਵਡਾਉਣ ਲਈ ਆਏ। ਮੈਂ ਜ਼ਿਆਦਾ ਸਮਾਂ ਹੁੰਦੀ ਰਹਿਣਾ, ਸੰਗਤਾਂ ਕਾਫੀ ਦੇਰ ਤੋਂ ਜੁੜੀਆਂ ਨੇ। ਮੈਂ ਆਖਰ ਦੇ ਵਿੱਚ ਬੇਨਤੀ ਕਰਦੀ ਹਾਂ ਸਾਡੇ ਹਲਕੇ ਦੇ ਆਦਮਪੁਰ ਹਲਕੇ ਦੀ ਨੁਮਾਇੰਦਗੀ ਕਰਦੇ ਸ਼੍ਰੀ ਪਵਨ ਕੁਮਾਰ ਜੀ ਮਾਨਯੋਗ ਜੀ, ਉਹਨਾਂ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਸਤਿਕਾਰਯੋਗ ਗੁਰਪ੍ਰਤਾਪ ਸਿੰਘ ਜੀ ਬਰਾਲਾ ਸਾਹਿਬ ਦਾ, ਉਹਨਾਂ ਨੂੰ ਮੈਂ ਬੇਨਤੀ ਕਰਦਾ ਪਹਿਲਾਂ ਕਿ ਉਹ ਆ ਕੇ ਸੰਗਤਾਂ ਦੇ ਵਿੱਚ ਆਪਣੇ ਐਮਐਲਏ ਸਾਹਿਬ ਹਾਜ਼ਰ ਹੋਣ, ਗੁਰਪ੍ਰਤਾਪ ਬਰਾਲਾ ਜੀ, ਜਿਹਨਾਂ ਦਾ ਇਸ ਪਰਿਵਾਰ ਦੇ ਨਾਲ ਬੜੀ ਸਾਂਝ ਹੈ, ਬੜਾ ਪਿਆਰ ਹੈ, ਉਹਨਾਂ ਨੂੰ ਬੇਨਤੀ ਕਰਦਾ ਧੰਨਵਾਦ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੀ, ਮਾਤਾ ਜੀ ਦੀ ਅੰਤਰਮ ਅਰਦਾਸ ਨਾਲ ਜੁੜ ਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸਿੰਘ ਜੀਓ, ਗੁਰੂ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੰਡ ਮਿਲਿਆ। ਗੁਰਬਾਣੀ ਦੇ ਇਹਨਾਂ ਫਰਮਾਨਾਂ ਦੇ ਮੁਤਾਬਕ ਆਪਣੇ ਪਰਿਵਾਰ ਨੂੰ, ਆਪਾਂ ਸਾਰਿਆਂ ਨੇ ਇਸ ਫਾਨੀ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਕਿਹਾ ਕਿ ਮਾਤਾ ਜੀ ਸਰਦਾਰਨੀ ਹਰਜਿੰਦਰ ਕੌਰ ਜੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ, ਅਤੇ ਆਪਾਂ ਸਾਰੇ ਹੀ ਉਹਨਾਂ ਦੀ ਅੰਤਰ ਅਰਦਾਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਲਵਾ ਰਹੇ ਹਾਂ। ਬਹੁਤ ਵੱਡਾ ਸਦਮਾ ਹੈ, ਬਹੁਤ ਗਹਿਰਾ ਦੁੱਖ ਹੈ, ਜਿਸ ਨੂੰ ਕਈ ਵਾਰੀ ਆਪਾਂ ਨਹੀਂ ਬਿਆਨ ਕਰ ਸਕਦੇ। ਕਰਕੇ ਜਦ ਵੀ ਕੋਈ ਇਨਸਾਨ ਇਸ ਦੁਨੀਆਂ ਨੂੰ ਛੱਡ ਕੇ ਜਾਂਦਾ ਹੈ ਤੇ ਪਿੱਛੇ ਬਹੁਤ ਵੱਡਾ ਘਾਟਾ ਪੈਂਦਾ ਹੈ। ਖਾਸ ਕਰ ਅਗਰ ਮਾਵਾਂ ਦੀ ਗੱਲ ਕਰੀਏ, ਮਾਵਾਂ ਦਾ ਤਾਂ ਦੇਣਾ ਆਪਾਂ ਦੇ ਨਹੀਂ ਸਕਦੇ, ਚਾਹੇ ਆਪਾਂ ਵਾਰ ਵਾਰ ਕਿਉਂ ਨਾ ਜਨਮ ਲੈ ਕੇ ਸੰਸਾਰ ਚ ਆਈਏ। ਤੁਹਾਨੂੰ ਇਹ ਮਾਵਾਂ ਮਾਤਾ ਜੀ ਵਰਗੀਆਂ ਜਿਹਨਾਂ ਕਰਕੇ ਆਪਾਂ ਸਾਰੇ ਸੰਸਾਰ ਚ ਆਏ, ਅਗਰ ਇਹ ਨਾ ਹੁੰਦੀਆਂ ਤੇ ਆਪਾਂ ਨਹੀਂ ਸੀ ਹੋਣਾ। ਮਾਵਾਂ ਬਾਰੇ ਗੁਰਬਾਣੀ ਨੇ ਵੀ ਆਪਾਂ ਨੂੰ, ਗੁਰੂ ਸਾਹਿਬ ਨੇ ਵੀ ਸਿੱਖਿਆ ਦਿੱਤੀ ਹੈ ਕਿ ਅਗਰ ਪਰਮਾਤਮਾ ਤੋਂ ਗੁਰੂ ਸਾਹਿਬ ਤੋਂ ਬਾਅਦ ਕੋਈ ਕਿਸੇ ਕੋਲ ਰੱਬ ਦਾ ਦਰਜਾ ਹੈ ਤੇ ਆਪਣੀ ਮਾਂ ਕੋਲ ਹੈ ਜਾਂ ਆਪਣੇ ਬਜ਼ੁਰਗਾਂ ਕੋਲ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰ। ਮਾਂ ਦਾ ਜੀਵਨ ਬਹੁਤ ਸਿਰਕ ਅਤੇ ਭਰੋਸੇ ਦੇ ਨਾਲ ਭਰਿਆ ਹੋਇਆ ਹੈ। ਜੇ ਅਗਰ ਆਪਾਂ ਮਾਂ ਦੇ ਜੀਵਨ ਵੱਲ ਦੇਖੀਏ ਤਾਂ ਬਹੁਤ ਉੱਚੀ ਸਿੱਖਿਆ ਮਿਲਦੀ ਆਪਾਂ ਨੂੰ। ਸਾਰੀ ਉਮਰ ਮਾਵਾਂ ਕੁਰਬਾਨੀ ਦਿੰਦੀਆਂ ਨੇ, ਸਾਰੀ ਉਮਰ ਮਾਵਾਂ ਸੰਘਰਸ਼ ਕਰਦੀਆਂ ਨੇ। ਅਗਰ ਕੋਈ ਜਿੰਦੀ ਜਾਗਦੀ ਤਸਵੀਰ ਇਸ ਦੁਨੀਆਂ ਵਿੱਚ ਤਿਆਗਦੀ ਹੈ ਉਹ ਮਾਂ ਹੈ। ਮਾਂ ਦੀ ਮਮਤਾ ਦਾ ਨਿੱਘ ਆਪਾਂ ਸਾਰੇ ਮਾਣਦੇ ਹਾਂ। ਜਿਹਨਾਂ ਜਿਹਨਾਂ ਪਰਿਵਾਰਾਂ ਦੀਆਂ ਮਾਵਾਂ ਬੈਠੀਆਂ ਨੇ ਬਹੁਤ ਖੁਸ਼ਕਿਸਮਤ ਨੇ, ਲੇਕਿਨ ਜਦੋਂ ਚਲੇ ਜਾਂਦੀ ਹੈ ਮਾਂ ਫਿਰ ਆਪਾਂ ਨੂੰ ਹਨੇਰਾ ਦਿਸਦਾ ਹੈ ਆਪਣੇ ਅੱਖਾਂ ਦੇ ਸਾਹਮਣੇ। ਉਹ ਮਮਤਾ ਇੰਨੀ ਵਿਸ਼ਾਲ ਹੈ ਜਿਵੇਂ ਸਾਗਰ ਨੂੰ ਕਿਸੇ ਨੇ ਮਿਣਿਆ ਨਹੀਂ, ਸਾਗਰ ਦਾ ਪਾਣੀ ਕਿਸੇ ਨੇ ਮਾਪਿਆਂ ਨਹੀਂ, ਉਹਦੇ ਮੁਤਾਬਕ ਮਾਂ ਦੀ ਮਮਤਾ ਵੀ ਇੰਨੀ ਵਿਸ਼ਾਲ ਹੈ। ਸਾਰੀ ਉਮਰ ਕਿਸੇ ਮਾਂ ਦੀ ਗੱਲ ਕਰ ਲਓ, ਮਾਵਾਂ ਜਗ ਸਾਂਝੀਆਂ ਹੁੰਦੀਆਂ ਨੇ, ਸਾਰੀ ਉਮਰ ਸੇਵਾ ਤੇ ਸਿਮਰਨ ਦਾ ਪ੍ਰਤੀਕ ਹੁੰਦਾ ਹੈ ਮਾਂ ਦਾ ਜੀਵਨ। ਕਦੀ ਕਿਸੇ ਨੂੰ ਮਾਂ ਨੇ ਨਾ ਨਹੀਂ ਕੀਤੀ, ਕੋਈ ਵੀ ਕਿਸੇ ਮਾਂ ਦੇ ਘਰ ਗਿਆ ਹੋਵੇ ਚੱਲ ਕੇ ਕਿਸੇ ਕੰਮ ਨਹੀਂ, ਤੇ ਮਾਵਾਂ ਨੇ ਸਦਾ ਹੀ ਉਹਦੀ ਝੋਲੀ ਵਿੱਚ ਕੁਛ ਨਾ ਕੁਛ ਪਾਇਆ ਹੀ ਹੈ। ਸਾਰੀ ਉਮਰ ਮਾਵਾਂ ਦਾਨ ਅਤੇ ਪੁੰਨ ਕਰਦੀਆਂ ਨੇ, ਕਦੀ ਵੀ ਕਿਸੇ ਮਾਂ ਨੇ ਕਿਸੇ ਦਾ ਬੁਰਾ ਨਹੀਂ ਆਖਿਆ ਨਾ ਤੱਕਿਆ, ਪਤਾ ਮੰਗਦੀਆਂ ਨੇ, ਪਤਾ ਕਰਦੀਆਂ ਨੇ,
ਤੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਇਹੀ ਸੰਸਕਾਰ ਸਾਰੀ ਉਮਰ ਸਿਖਾਉਂਦੀਆਂ ਨੇ। ਹੁਣ ਤਾਂ ਚਲੋ ਸਾਇੰਸ ਨੇ ਵੀ ਮੰਨ ਲਿਆ, ਗੁਰਬਾਣੀ ਦਾ ਆਪਾਂ ਨੂੰ ਪਹਿਲਾਂ ਹੀ ਇਹ ਸਿੱਖਿਆ ਦਿੰਦੀ ਸੀ ਕਿ ਇਨਸਾਨ ਜੋ ਵੀ ਕਰਦਾ ਹੈ ਜਿੱਦਾਂ ਦੀਆਂ ਵੀ ਉਹਦੀ ਆਦਤਾਂ ਨੇ ਕਿੱਥੇ ਵੀ ਪਹੁੰਚਦਾ ਹੈ, ਚਾਹੇ ਉਹ ਪਰਿਵਾਰ ਦੀ ਬੜੀ ਸੇਵਾ ਹੈ। ਸਭ ਵੀ ਦੱਸ ਕੇ ਗਏ ਨੇ, ਆਪਾਂ ਜਾਣਦੇ ਹਾਂ ਬੈਠੇ ਨੇ ਟੀਨੂ ਸਾਹਿਬ ਆਪਣੇ MLA ਹਲਕੇ ਦੇ, ਇਸ ਪਰਿਵਾਰ ਨੇ ਬਹੁਤ ਮਾਨ ਸਨਮਾਨ ਹਾਸਲ ਕੀਤਾ ਹੈ ਇੱਥੇ ਵੀ ਵਿਦੇਸ਼ਾਂ ਵਿੱਚ ਵੀ। ਸਰਦਾਰ ਸੁਖਬੀਰ ਸਿੰਘ ਜੀ ਵੱਡੇ ਭਾਈ ਸਾਹਿਬ, ਫਿਰ ਆਪਣਾ ਛੋਟਾ ਵੀਰ ਸਰਦਾਰ ਗੁਰਦੀਪ ਸਿੰਘ, ਸਾਰੇ ਭਰਾ ਇਹਨਾਂ ਨੂੰ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਮਾਜ ਪ੍ਰਤੀ। ਦੇਖੋ ਆਪਾਂ ਆਪਣੇ ਲਈ ਤਾਂ ਸਾਰੇ ਹੀ ਬੜਾ ਕੁਛ ਕਰਦੇ ਹਾਂ, ਲੇਕਿਨ ਜਿਹੜੇ ਪਰਿਵਾਰ ਪੰਥ ਲਈ ਕਰਦੇ ਨੇ, ਸਮਾਜ ਲਈ, ਲੋਕਾਂ ਲਈ ਕਰਦੇ ਨੇ, ਉਹਨਾਂ ਪਰਿਵਾਰਾਂ ਨੂੰ ਵੱਖਰੇ ਤੌਰ ਤੇ ਜਾਣਿਆ ਜਾਂਦਾ ਹੈ। ਪਰ ਇਹ ਆਪਾਂ ਨੂੰ ਕਿੱਥੋਂ ਮਿਲਦੇ ਸਭ ਕੁਛ? ਇਹ ਸਾਰਾ ਕੁਛ ਆਪਾਂ ਨੂੰ ਆਪਣੇ ਬਜ਼ੁਰਗਾਂ ਤੋਂ ਹਾਸਲ ਹੁੰਦਾ ਹੈ। ਮਾਤਾ ਜੀ ਨੇ ਬਹੁਤ ਚੰਗੀ ਸਿੱਖਿਆ ਦਿੱਤੀ, ਵਧੀਆ ਪਰਵਰਿਸ਼ ਕੀਤੀ ਸਾਰੇ ਪਰਿਵਾਰ ਦੀ। ਜਿਹੜੀ ਮਾਂ ਦੀ ਗੁੜ੍ਹਤੀ ਹੁੰਦੀ ਹੈ, ਛੋਟੇ ਹੁੰਦੇ ਜਦੋਂ ਆਪਣਾ ਜਨਮ ਹੁੰਦਾ ਤੇ ਮਾਂ ਆਪਾਂ ਨੂੰ ਗੁੜ੍ਹਤੀ ਦਿੰਦੀ ਹੈ, ਉਸ ਗੁੜ੍ਹਤੀ ਨੂੰ ਆਪਾਂ ਆਪਣੇ ਪੱਲੇ ਬੰਨ ਕੇ ਸਾਰੀ ਉਮਰ ਦਾ ਸਫ਼ਰ ਆਪਾਂ ਆਪਣੇ ਉਮਰ ਦਾ ਗੁਜ਼ਾਰ ਦਿੰਦੇ ਹਾਂ। ਉਸ ਗੁੜ੍ਹਤੀ ਦੇ ਆਸਰੇ ਆਪਾਂ ਜੋ ਵੀ ਕਾਰਜ ਕਰਦੇ ਹਾਂ ਤੇ ਬਹੁਤ ਉਹ ਮਹਾਨ ਹੁੰਦੀ ਹੈ। ਸੋ ਉਸ ਗੁੜ੍ਹਤੀ ਨੂੰ ਲੈ ਕੇ, ਮਾਤਾ ਜੀ ਦੀ ਸਿੱਖਿਆ ਨੂੰ ਲੈ ਕੇ, ਪਰਵਰਿਸ਼ ਜਿਵੇਂ ਮਾਤਾ ਜੀ ਨੇ ਕੀਤੀ ਆਪਣੇ ਪਰਿਵਾਰ ਦੀ, ਅੱਜ ਸਾਰੇ ਇਲਾਕੇ ਵਿੱਚ, ਸਾਰੇ ਸਮਾਜ ਵਿੱਚ ਇਸ ਪਰਿਵਾਰ ਦਾ ਬਹੁਤ ਹੀ ਮਾਨ ਸਨਮਾਨ ਹੈ। ਛੋਟੀ ਉਮਰ 'ਚ ਸਰਦਾਰ ਗੁਰਦੀਪ ਸਿੰਘ ਜੀ ਨੇ ਬਹੁਤ ਮੋਹਣੇ ਹੋ ਕੇ ਇਲਾਕੇ ਦੀ ਸੇਵਾ ਕੀਤੀ ਹੈ। ਵੀ ਕਿਤੇ ਕਿਤੇ ਕਿਸੇ ਨੂੰ ਨਸੀਬ ਹੁੰਦਾ ਹੈ, ਭਾਗਾਂ ਦਾ ਹੀ ਇਹ ਸੇਵਾ ਮਿਲਦੀ ਹੈ। ਸੋ ਅਗਰ ਇਹ ਪਰਿਵਾਰ ਦਾ ਪਿਛੋਕੜ ਦੇਖਿਆ ਜਾਵੇ ਤਾਂ ਬੜਾ ਹੀ ਸੇਵਾ ਭਾਵਨਾ ਵਾਲਾ ਹੈ ਤੇ ਮਿਲਿਆ ਆਪਾਂ ਨੂੰ ਆਪਣੇ ਮਾਤਾ ਪਿਤਾ ਤੋਂ, ਆਪਣੇ ਬਜ਼ੁਰਗਾਂ ਤੋਂ। ਹਰ ਪਰਿਵਾਰ ਦਾ ਇਤਿਹਾਸ ਹੁੰਦਾ ਹੈ, ਕਿਸੇ ਪਰਿਵਾਰ ਦਾ ਜ਼ਿਕਰ ਕਰ ਲਓ, ਹੁਣ ਤਾਂ ਕਿਤਾਬਾਂ ਵੀ ਲਿਖੀਆਂ ਗਈਆਂ ਨੇ ਗੁਰਦਾਂ ਬਾਰੇ ਕਿ ਕਿੱਥੋਂ ਚੱਲੇ ਸੀ ਆਪਾਂ, ਕਿੱਥੇ ਪਹੁੰਚੇ ਹਾਂ। ਸਿੱਖ ਪੰਥ ਵਿੱਚ ਤਾਂ ਆਪਾਂ ਸਭ ਨੂੰ ਬਰਾਬਰ ਸਮਝਦੇ ਹਾਂ, ਕਿਸੇ ਨਾਲ ਕੋਈ ਫਰਕ ਨਹੀਂ ਕਰਦੇ। ਤੇ ਅੱਜ ਸਮਾਜ ਵਿੱਚ ਆਪਾਂ ਬਹੁਤ ਆਪਣੇ ਬੁਰੀ ਤਰ੍ਹਾਂ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਪੰਥ ਦਾ ਜਿਹੜਾ ਇਤਿਹਾਸ ਹੈ, ਆਪਣਾ ਵਿਰਸਾ, ਪਿਛੋਕੜ ਬਹੁਤ ਮਹਾਨ ਆ ਤੇ ਆਪਣੇ ਬਜ਼ੁਰਗਾਂ ਨੇ, ਵੱਡੇ ਵਡੇਰਿਆਂ ਨੇ ਇਹ ਇਤਿਹਾਸ ਬਣਾਇਆ। ਮਾਤਾ ਜੀ ਨੂੰ ਸਭਾ ਵਾਸਤੇ ਗੁਰੂ ਮਹਾਰਾਜ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਤੇ ਪਿੱਛੇ ਸਾਰੇ ਪਰਿਵਾਰ ਨੂੰ ਇਸ ਬਹੁਤ ਹੀ ਕਠੋਰ ਅਤੇ ਸਖ਼ਤ ਬਾਣੀ ਨੂੰ ਮੰਨਣ ਦੀ ਸ਼ਕਤੀ ਦੇਣ, ਸਮਰਥਾ ਦੇਣ। ਗੁਰਬਾਣੀ ਦਾ ਫਰਮਾਨ ਹੈ, ਵਿੱਚ ਦੁਨੀਆਂ ਸਿਰਫ ਕਮਾਈਏ ਤਾਂ ਦਰਗਿਆ ਦਰਸ਼ਨ ਪਾਈਏ। ਜਿਤਨੀ ਸੇਵਾ ਮਾਤਾ ਜੀ ਨੇ ਸਮਾਜ ਲੋਕ ਵਿੱਚ ਕੀਤੀ ਹੈ, ਭੇਟ ਕਰਦਾ ਤੇ ਸਾਰੀ ਸੰਗਤ ਨੂੰ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਬਰਾਲਾ ਸਾਹਿਬ ਨੇ ਆਪਣਾ ਸਥਾਨ, ਪਰਮਜੀਤ ਸਿੰਘ ਜੀ ਮੰਗਲ ਉਹ ਵੀ ਹਾਜ਼ਰੀ ਲਵਾ ਰਹੇ ਨੇ, ਸਰਦਾਰ ਸੁਰਿੰਦਰ ਸਿੰਘ ਜੀ ਗੱਜਰ ਉਹ ਵੀ ਹਾਜ਼ਰੀ ਲਵਾ ਰਹੇ ਨੇ। ਮੇਰੇ ਕੋਲ ਨਾਵਾਂ ਦੀ ਬਹੁਤ ਵੱਡੀ ਇੱਕ ਲਿਸਟ ਜਿਹੜੀ ਹੈ ਸਰਦਾਰ ਗੁਰਦੀਪ ਸਿੰਘ ਜੀ ਦਾਦਰਾ ਸਾਹਿਬ ਨੇ ਦਿੱਤੀ ਹੈ, ਕਿਉਂਕਿ ਉਹਨਾਂ ਦੇ ਸਾਰੇ ਬਹੁਤ ਨਜ਼ਦੀਕੀ ਨੇ, ਪਰ ਮੈਂ ਸਾਰਿਆਂ ਤੋਂ ਮਾਫ਼ੀ ਮੰਗ ਲੈਣੀ ਹੈ। ਹੁਣ ਆਖਿਰ ਦੇ ਵਿੱਚ ਮੈਂ ਇਸ ਪਰਿਵਾਰ ਦਾ ਇੱਕ ਹਿੱਸਾ ਸ਼੍ਰੀ ਪਵਨ ਕੁਮਾਰ ਜੀ ਢਿੱਲੋਂ ਜੀ ਉਹਨਾਂ ਨੂੰ ਬੇਨਤੀ ਕਰ ਰਹੀ ਹਾਂ ਕਿ ਉਹ ਆ ਕੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਨ, ਔਰ ਸਾਰੇ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕਰਨ, ਸਤਿਕਾਰਯੋਗ ਸ਼੍ਰੀ ਪਵਨ ਕੁਮਾਰ ਜੀ। ਜੁਗੋ ਜੁਗੋ ਕਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਾਵਨ ਪਵਿੱਤਰ ਹਜ਼ੂਰੀ 'ਚ ਬੈਠੀ ਸਾਹ ਸੰਗਤ ਦੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ। ਅੱਜ ਆਪਾਂ ਮਾਤਾ ਹਰਜਿੰਦਰ ਕੌਰ ਜੀ ਦੇ ਅੰਤਮ ਅਰਦਾਸ 'ਚ ਇਕੱਠੇ ਹੋਏ, ਰਿਸ਼ਤੇਦਾਰ, ਭਾਈਚਾਰਾ, ਲੰਗਰ ਨਿਵਾਸੀ, ਹੁਣੇ ਬੁਲਾਰਿਆਂ ਨੇ ਬਹੁਤ ਚੰਗੇ ਤਰੀਕੇ ਨਾਲ ਬਜ਼ੁਰਗਾਂ ਦਾ, ਮਾਤਾਵਾਂ ਦਾ, ਮਾਂ ਬਾਪ ਦਾ ਜ਼ਿੰਦਗੀ 'ਚ ਰੋਲ ਕੀ ਹੁੰਦਾ ਉਹਦੇ ਉੱਤੇ ਚਾਨਣਾ। ਮੈਂ ਵੇਖ ਰਿਹਾ ਕਿ ਸਮਾਜ ਦੇ ਹਰ ਸੈਕਸ਼ਨ 'ਚ ਅੱਜ ਲੋਕ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਹੈ। ਪਰਿਵਾਰ ਵੱਡੇ ਮੈਂ ਸਮਝਦਾ ਪੈਸੇ ਨਾਲ ਨਹੀਂ ਹੁੰਦੇ, ਬਜ਼ੁਰਗਾਂ ਦੀਆਂ ਸਿੱਖਿਆਵਾਂ ਨਾਲ ਤੇ ਇਲਾਕੇ ਵਿੱਚ ਪਿਆਰ ਭਾਵਨਾ ਨਾਲ ਵੱਡੇ ਹੁੰਦੇ, ਤੇ ਮੈਂ ਸਮਝਦਾ ਇਸ ਪਰਿਵਾਰ ਨੂੰ ਮਾਤਾ ਹਰਜਿੰਦਰ ਕੌਰ ਜੀ ਦਾ ਪੂਰਾ ਆਸ਼ੀਰਵਾਦ ਬਣ, ਉਹਨਾਂ ਦੀਆਂ ਸਿੱਖਿਆਵਾਂ ਕਰਕੇ
ਉਹਨਾਂ ਦਾ ਪਰਿਵਾਰ ਹਰ ਖੇਤਰ ਵਿੱਚ ਅੱਗੇ ਵਧਿਆ, ਚਾਹੇ ਦੇਸ਼ 'ਚ ਰਹੇ ਚਾਹੇ ਵਿਦੇਸ਼ 'ਚ ਗਏ। ਦਸਾਂ ਨਾਵਾਂ ਦੀ ਕਿਰਤ ਕੀਤੀ ਔਰ ਸੇਵਾ ਵੀ ਕੀਤੀ। ਅੱਜ ਮਾਤਾ ਜੀ ਦੇ ਜਾਣ ਦਾ ਬਹੁਤ ਵੱਡਾ ਘਾਟਾ ਇਸ ਪਰਿਵਾਰ ਨੂੰ ਪਿਆ। ਮਾਤਾਵਾਂ ਦੇ ਬਾਰੇ 'ਚ, ਮਾਵਾਂ ਦੇ ਬਾਰੇ 'ਚ ਬਡਾਲਾ ਸਾਹਿਬ ਬਹੁਤ ਬਾਖੂਬੀ ਦੱਸ ਕੇ ਗਏ। ਕਈਆਂ ਫਿਲੋਸਫਰਾਂ ਨੇ, ਬੁੱਧੀਜੀਵੀਆਂ ਨੇ ਕਿਹਾ ਮਾਂ ਰੱਬ ਦੇ ਲਾਗੇ ਛਾਗੇ ਹੈ। ਮਾਂ ਕਹਿ ਲਈਏ, ਰੱਬ ਕਹਿ ਲਈਏ, ਲਾਗੇ ਛਾਗੇ ਦਾ ਰਿਸ਼ਤਾ ਹੈ। ਕਈਆਂ ਬੁੱਧੀਜੀਵੀਆਂ ਨੇ ਕਹੀ ਮਾਂ ਰੱਬ ਦੇ ਬਰਾਬਰ ਹੀ ਹੈ, ਤੇ ਕਈਆਂ ਨੇ ਉਹ ਤੋਂ ਵੀ ਉੱਪਰ ਜਾ ਕੇ ਕਿਹਾ ਵੀ ਨਹੀਂ, ਮਾਂ ਰੱਬ ਤੋਂ ਵੀ ਉੱਪਰ ਹੈ, ਕਿਉਂਕਿ ਰੱਬ ਦੇ ਦਰਸ਼ਨ ਕਰਾਉਣ ਵਾਲੀ, ਰੱਬ ਦੀ ਜਾਣਕਾਰੀ ਦੇਣ ਵਾਲੀ ਮਾਂ ਹੁੰਦੀ। ਬੱਚੇ ਨੂੰ ਉਂਗਲ ਫੜ ਕੇ ਇਸ ਸੰਸਾਰ ਵਿੱਚ ਚੱਲਣਾ ਸਿਖਾਉਂਦੀ ਮਾਂ। ਔਰ ਮਾਂ ਇਨਸਾਨ ਦਾ ਪਹਿਲਾ ਗੁਰੂ, ਪਹਿਲਾ ਟੀਚਰ, ਅਧਿਆਪਕ ਹੁੰਦੀ। ਸੋ ਮਾਵਾਂ 'ਤੇ ਪਰਿਵਾਰ ਚੱਲਦੇ ਹੈ, ਮਾਵਾਂ 'ਤੇ ਦੁਨੀਆ ਚੱਲਦੀ ਸੀ। ਅੱਜ ਮਾਤਾ ਜੀ ਦੇ ਜਾਣ ਨਾਲ ਇਸ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਖਲਾਅ ਪੈਦਾ ਹੋ ਗਿਆ, ਇੱਕ ਗੈਪ ਬਣ ਜਾਂਦਾ ਜਦੋਂ ਘਰ ਦਾ ਹਰ ਪੱਖੋਂ ਲੀਡਰ ਚਲਿਆ ਜਾਂਦਾ। ਖਾਸ ਕਰਕੇ ਬਜ਼ੁਰਗਾਂ ਨੂੰ ਪੁੱਛ ਕੇ ਸਾਰੇ ਟੱਬਰਾਂ 'ਚ ਕੰਮ ਹੁੰਦੇ ਆ, ਸਾਰੇ ਕਾਰੋਬਾਰ ਦਾ ਕੰਮ, ਸਾਰੇ ਸ਼ਰੀਕੇ 'ਚ ਵਿਛੜਨ ਦੇ ਕੰਮ, ਰਿਸ਼ਤੇਦਾਰੀਆਂ ਦੇ ਕੰਮ, ਧਰਮ ਦੇ ਕੰਮ, ਪੰਥ ਦੇ ਕੰਮ, ਸਾਰੇ ਬਜ਼ੁਰਗਾਂ ਕੋਲੋਂ ਪੁੱਛ ਕੇ ਸਲਾਹ ਨਾਲ ਆਪਾਂ ਕਰਾਂਗੇ। ਅਤੇ ਮਾਤਾ ਜੀ ਦੇ ਜਾਣ ਤੋਂ ਬਾਅਦ ਇਹ ਬੜਾ ਵੱਡਾ ਘਾਟਾ ਪਰਿਵਾਰ ਨੂੰ ਪਿਆ। ਮੈਂ ਸਮਝਦਾ ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਇਹ ਘਾਟਾ ਪੂਰਾ ਹੋ ਸਕਦਾ, ਇਹ ਪਰਿਵਾਰ ਉਹਨਾਂ ਦੀਆਂ ਸਿੱਖਿਆਵਾਂ 'ਤੇ ਚੱਲ ਸਕਦਾ। ਜਾਣਾ ਸਭ ਨੇ, ਨਾ ਤਾਂ ਇਨਸਾਨ ਦਾ ਜਨਮ ਉਹਦੀ ਮਰਜ਼ੀ ਨਾਲ ਹੁੰਦਾ ਅਤੇ ਨਾ ਹੀ ਮੌਤ ਉਹਦੀ ਮਰਜ਼ੀ ਨਾਲ ਹੁੰਦਾ। ਅਤੇ ਜਿਹੜਾ ਅਕਾਲ ਪੁਰਖ ਨੇ ਵਿਛਲਾ ਸਮਾਂ ਦਿੱਤਾ, ਜ਼ਿੰਦਗੀ ਜਿਹਨੂੰ ਆਪਾਂ ਕਹਿੰਦੇ ਲਾਈਫ, ਉਹਦੇ ਵਿੱਚ ਬੰਦਾ ਕੀ ਕਰਦਾ, ਕਿੱਧਰ ਨੂੰ ਚੱਲਦਾ, ਇਹ ਉੱਤੇ ਨਿਰਭਰ ਕਰਦਾ। ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ, ਜਦੋਂ ਦਾ ਪਤਾ ਲੱਗਾ ਇਲਾਕੇ ਵਿੱਚ ਬੜਾ ਸਭ ਨੇ ਦੁੱਖ ਦੇਣਾ, ਪਿੰਡ 'ਚ ਸਾਰਿਆਂ ਨੇ ਦੁੱਖ ਦੇਣਾ। ਸਾਧ ਸੰਗਤ ਜੀ, ਮੈਂ ਆਪਣੇ ਵੱਲੋਂ ਵੀ, ਪਾਰਟੀ ਵੱਲੋਂ ਵੀ, ਸਾਰੇ ਜਿੰਨੇ ਸੱਜਣ ਇੱਥੇ ਆਏ, ਕਿਉਂਕਿ ਸਾਰੇ ਤਾਂ ਬੋਲ ਨਹੀਂ ਸਕਦੇ ਕਿਉਂਕਿ ਟਾਈਮ ਦੀ ਵੀ ਪਾਬੰਦੀ ਹੁੰਦੀ ਇਨਸਾਨ ਦੇ ਉੱਤੇ, ਸੋ ਸਾਰਿਆਂ ਵੱਲੋਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਸੀਂ ਅਰਦਾਸ ਕਰਦੇ ਹਾਂ ਕਿ ਉਸ ਮਹਾਨ ਮਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਵਾਹਿਗੁਰੂ, ਅਤੇ ਪਿੱਛੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਵੀ ਦੇ। ਇਹ ਪਰਿਵਾਰ ਉਹਨਾਂ ਦੀਆਂ ਸਿੱਖਿਆਵਾਂ 'ਤੇ ਇਸੇ ਤਰ੍ਹਾਂ ਚੱਲਦਾ ਰਹੇ। ਉਹਨਾਂ ਦੇ ਬੇਟੇ ਸੁਖਬੀਰ ਸਿੰਘ ਜੀ, ਹੋਰ ਸਾਡੇ ਭਰਾ ਗੁਰਦੀਪ ਸਿੰਘ ਲਾਦੜਾ ਜੀ, ਜਿਹੜੇ ਸਾਡੇ ਭਰਾਵਾਂ ਵਾਂਗ ਆ ਰਾਜਨੀਤੀ, ਜਿਨ੍ਹਾਂ ਨੇ ਬਹੁਤ ਛੋਟੀ ਉਮਰ 'ਚ ਆਪਣਾ ਇਲਾਕੇ 'ਚ ਨਾਮ ਬਣਾਇਆ, ਉਹਨਾਂ ਦੀ ਪਹਿਚਾਣ ਹੈ ਸ਼੍ਰੋਮਣੀ ਅਕਾਲੀ ਦਲ 'ਚ। ਸੋ ਇਹ ਮੈਂ ਸਮਝਦਾ ਬਜ਼ੁਰਗਾਂ ਕੋਲੋਂ ਇਹ ਆਸ਼ੀਰਵਾਦ ਪ੍ਰਾਪਤ ਹੋਇਆ। ਸੋ ਸਾਰਿਆਂ ਵੱਲੋਂ ਮਹਾਰਾਜ ਦੇ ਚਰਨਾਂ 'ਚ ਹੀ ਅਰਦਾਸ ਹੈ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਅਤੇ ਪਿੱਛੇ ਪਰਿਵਾਰ ਉਹਨਾਂ ਦੀ ਸਿੱਖਿਆਵਾਂ 'ਤੇ ਚੱਲੇ, ਇਸੇ ਤਰ੍ਹਾਂ ਹੀ ਇਲਾਕੇ 'ਚ ਪਿਆਰ ਬਣਿਆ ਰਹੇ, ਸਮਾਜ ਦੇ ਹਰ ਸੈਕਸ਼ਨ ਨਾਲ ਨਿਰਵਰਤਨ ਰਹੇ ਅਤੇ ਤਰੱਕੀ ਕੀਤੀ ਜਾਵੇ, ਇਲਾਕੇ 'ਚ ਇਸੇ ਤਰ੍ਹਾਂ ਹੀ ਇਸ ਪਿੰਡ ਦਾ, ਇਸ ਪਰਿਵਾਰ ਦਾ ਨਾਂ ਰੋਸ਼ਨ ਹੋਵੇ। ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ। ਜਿਹੜੇ ਵੀ ਸੱਜਣ ਦੂਰੋਂ ਨੇੜਿਓਂ ਚੱਲ ਕੇ ਆਏ ਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ, ਰਿਸ਼ਤੇਦਾਰ, ਭਾਈਚਾਰਾ, ਨਗਰ ਨਿਵਾਸੀ, ਸਾਰੀਆਂ ਪਾਰਟੀਆਂ ਦੇ ਆਗੂ ਸਾਹਿਬਾਨ, ਪ੍ਰੈਸ ਮੀਡੀਆ ਦੇ ਸੱਜਣ, ਅਫਸਰ ਸਾਹਿਬਾਨ, ਕਾਰੋਬਾਰੀ ਸੱਜਣ, ਕਾਮਯਾਬ ਲੋਕ ਜਿਹੜੇ ਇਸ ਪਰਿਵਾਰ ਦੇ ਨਾਲ ਸਹਾਨੁਭੂਤੀ ਰੱਖਦੇ ਹੋਏ, ਸਿੰਪਤੀ ਰੱਖਦੇ ਹੋਏ ਇਹ ਅਫਸੋਸ ਵਾਸਤੇ ਇੱਥੇ ਆਏ ਆ, ਉਹਨਾਂ ਸਭ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਔਰ ਸਾਰੇ ਪਰਿਵਾਰ ਵੱਲੋਂ ਇਹ ਵੀ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਲੰਗਰ ਛੱਕ ਕੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ।